ਜੋਧਵੀਰ ਸਿੰਘ ਹੀ ਆ ਜੀ। ਜੋਧਵੀਰ ਸਿੰਘ ਜੀ ਕੀ ਗੱਲ ਹੋਈ ਆ ਜੀ ਤੁਹਾਡੇ ਬ੍ਰਦਰ ਦੇ ਨਾਲ? ਇਹ ਮੇਰਾ ਭਰਾ ਆ ਜੀ, ਕੱਲ ਸ਼ਾਮੀ 5 ਵਜੇ ਆਇਆ ਮੇਰੀ ਭੈਣ ਕੋਲ ਇੱਥੇ ਪਿੰਡ ਠੱਠੀਆਂ। ਉੱਥੇ 5 ਵਜੇ ਆਇਆ ਤੇ 7:30-8 ਵਜੇ ਗਏ ਆ ਦੋਵੇਂ ਜਣੇ ਪ੍ਰਾਹੁਣਾ ਸਾਡਾ ਤੇ ਦੁੱਧ ਪਾਉਣ। ਉਧਰੋਂ ਜਦੋਂ ਵਾਪਸ ਆਏ ਆ ਉਦੋਂ ਇਹ ਆਉਂਦੇ ਆ ਵੀ ਦੋ ਬੰਦੇ ਆਏ ਆ ਪਿੱਛੋਂ ਮੋਟਰਸਾਈਕਲ ਦੇ ਮੂੰਹ ਵੱਧੇ ਤੇ ਗੋਲੀਆਂ ਮਾਰ ਕੇ ਤੇ ਗਾਂ ਚਲੇ ਗਏ। ਕਿਉਂ ਗੋਲੀਆਂ ਮਾਰੀਆਂ, ਕੋਈ ਪੁਰਾਣੀ ਰੰਜਿਸ਼? ਇਹ ਤਾਂ ਕੋਈ ਪਤਾ ਨਹੀਂ ਜੀ, ਕੋਈ ਰੰਜਿਸ਼ ਨਹੀਂ ਸਾਡੀ ਕਿਸੇ ਨਾਲ ਤੇ ਇਹ ਨਹੀਂ ਪਤਾ ਲੱਗਾ ਵੀ ਕਾਹਤੋਂ ਮਾਰੀਆਂ। ਕੀ ਕਰਦੇ ਸੀ ਤੁਹਾਡੇ ਬ੍ਰਦਰ? ਉਹ ਆਰਮੀ ਦੇ ਵਿੱਚ ਜੋਬ ਕਰਦੇ। ਕਿੱਦਣ ਆਏ ਛੁੱਟੀ? ਛੁੱਟੀ ਆਏ 17 ਤਰੀਕ ਨੂੰ ਪਿਛਲੇ ਮਹੀਨੇ ਦੀ ਨੂੰ, ਤੇ ਉਹਨਾਂ ਨੇ ਕੱਲ੍ਹ ਨੂੰ ਜਾਣਾ ਸੀ, ਅੱਜ ਛੁੱਟੀ ਉਹਨਾਂ ਦੀ ਖਤਮ ਹੈ। ਹਾਂਜੀ, ਤੇ ਪੁਲਿਸ ਕੰਪਲੇਂਟ ਕੀਤੀ ਗਈ ਤੁਹਾਡੇ ਵੱਲੋਂ? ਹਾਂਜੀ ਕੀਤੀ ਗਈ ਹੈ ਜੀ। ਹੁਣ ਤੱਕ ਕੀ ਕਾਰਵਾਈ ਜਿਹੜੀ ਉਹ ਕੀਤੀ ਗਈ? ਹੁਣ ਤੱਕ ਉਹ ਕਾਰਵਾਈ ਜੋ ਵੀ ਕਰਨ ਦਏ ਨੇ। ਹਾਂਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ? ਮੰਗ ਇਹੋ ਹੀ, ਇਨਸਾਫ ਮਿਲਣਾ ਚਾਹੀਦਾ ਬਸ। ਕਿਸੇ 'ਤੇ ਸ਼ੱਕ ਹੋਵੇ ਤੁਹਾਨੂੰ? ਸ਼ੱਕ ਕਿ ਹਾਲ ਦੀ ਕੜੀ ਕਿਸੇ ਦਾ ਨਹੀਂ ਸਾਨੂੰ। ਗੱਲ ਇਹ ਭਾਅ ਜੀ, ਸਾਨੂੰ ਤਾਂ ਰਾਤ 12 ਵਜੇ ਪਤਾ ਲੱਗਾ, 12 ਕੁ ਵਜੇ ਦਾ ਕਰੀਬ ਟਾਈਮ ਸੀ ਜਦੋਂ ਇਹਨੇ ਸਾਡੇ ਭਣੇਵੇਂ ਮੇਰੇ ਨੇ ਫੋਨ ਕੀਤਾ ਮੈਨੂੰ ਵੀ ਆਹ ਮਾਮਾ ਗੱਲ ਬਣ ਗਈ ਆ। ਉਸ ਤੋਂ ਮਗਰੋਂ ਇਹ ਰਾਤ ਆ ਕੇ ਤਾਂ ਅਸੀਂ ਸਵੇਰੇ ਹੁਣ ਮੈਂ ਦਿਨੇ ਆਇਆ ਅਤੇ ਅਸੀਂ ਆਣ ਕੇ ਪ੍ਰਸ਼ਾਸਨ ਨੂੰ ਪੁੱਛਿਆ। ਪ੍ਰਸ਼ਾਸਨ ਦੇ ਮੁਤਾਬਕ ਆ ਵੀ ਜਦੋਂ ਰਾਤ ਇਹ ਇੱਥੇ ਕਿਤੇ ਇਕੱਠੇ ਹੋਏ ਆ ਅਤੇ ਇਹਨਾਂ ਨੇ ਪੈਗ ਸ਼ੈਗ ਸਾਰਿਆਂ ਲਾਇਆ ਸੀ, ਜਿਹੜੇ ਨਾਲ ਦੇ ਜਦੋਂ ਗੋਲੀ ਵੱਜ ਗਈ ਸਾਡੇ ਭਣੇਵੇਂ ਦੇ ਅਤੇ ਜਿਹੜੇ ਨਾਲ ਦੇ ਮੁੰਡੇ ਸੀ ਉਹ ਰਾਤ ਦੇ ਗਾਇਬ ਆ, ਫੋਨ ਬੰਦ ਕੀਤਾ ਉਹਨਾਂ ਨੇ। ਗੋਲੀ ਵੱਜੀ ਕਿਸ ਤਰ੍ਹਾਂ? ਇਹ ਸਾਨੂੰ ਵੀ ਨਹੀਂ ਪਤਾ ਨਹੀਂ ਜੀ, ਅਸੀਂ ਇਵੇਂ ਆਦਿ ਅਸੀਂ ਕਿਤੇ ਮਤਲਬ ਉੱਥੇ ਕੋਈ ਟਾਈਮ ਮੌਕੇ 'ਤੇ ਨਹੀਂ ਹੈਗੇ। ਪੁਲਿਸ ਦੇ ਸ਼ੱਕ ਦੇ ਘੇਰੇ 'ਚੋਂ ਨਾ ਫੋਨ ਬੰਦ ਕਰਤਾ, ਉਹ ਬੰਦੇ ਘਰੋਂ ਵੀ ਹੈ ਗਏ ਅਤੇ ਪੁਲਿਸ ਦੇ ਸ਼ੱਕ ਦੇ ਘੇਰੇ ਦੇ ਵਿੱਚ ਉਹ ਬੰਦੇ ਆਏ ਆ ਅਤੇ ਉਹਨਾਂ ਦੇ ਜਿਹੜੀ ਇਹਨਾਂ ਨੇ ਪੁਲਿਸ ਨੇ ਆਪਦੀ ਐੱਫ ਆਰ ਆਈ ਕੱਟ ਕੱਤੀ ਆ। ਜੋ ਪ੍ਰਸ਼ਾਸਨ ਕਰੂਗਾ ਅਸੀਂ ਪ੍ਰਸ਼ਾਸਨ ਦੇ ਮੁਤਾਬਕ, ਸਾਡਾ ਕੋਈ ਬਿਆਨ ਨਹੀਂ ਹੈਗਾ ਨਾ ਕੋਈ ਵੇਖ ਲੱਗਦਾ ਵਾ ਕਿ ਜਿਹੜੇ ਨਾਲ ਬੈਠੇ ਖਾ ਪੀ ਰਹੇ ਸੀ ਉਹਨਾਂ ਨੇ ਗੋਲੀ ਮਾਰੀ ਹੈ। ਵੇਖੋ ਜੀ, ਪ੍ਰਸ਼ਾਸਨ ਇਹ ਗੱਲ ਪਰਚਾ ਦੇਣ ਦਾ ਗੱਲ ਹੀ ਇਹ ਬਣੀ ਆ, ਉਹਨਾਂ ਦਿੱਤਾ ਹੀ ਤਾਂ ਵਾ ਵੀ ਉਹ ਬੰਦੇ ਉਹੀ ਆ, ਉਹ ਆਣ ਕੇ ਆਪਦਾ ਪੁਲਿਸ ਕੋਲ ਆਪਦਾ ਆਣ ਕੇ ਸਪਸ਼ਟੀਕਰਨ ਦਿੰਦੇ ਵੀ ਅਸੀਂ ਹੈ ਨਹੀਂ ਹਾਂ ਅਤੇ ਪੁਲਿਸ ਉਹ ਤੋਂ ਗਾਹ ਤੁਰ ਪੈਂਦੀ, ਅਗਲੇ ਬੰਦੇ ਲੱਭਦੀ ਪੁਲਿਸ, ਪਰ ਉਹ ਬੰਦੇ ਅਜੇ ਤੱਕ ਨਹੀਂ। ਅਸੀਂ ਹੁਣ ਉੱਥੋਂ ਦੀ ਪੰਚਾਇਤ ਆਈ ਹੈ, ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਲੈ ਆਓ ਵੀ ਉਹ ਆਪਦਾ ਦੇਣ ਅਤੇ ਗਾਰਡ ਦੇ ਪਾਸੇ ਪੁਲਿਸ ਤੁਰ ਪਏ, ਕੋਈ ਨਹੀਂ ਆਇਆ ਪੁਲਿਸ ਆਈ। ਤੁਹਾਡਾ ਭਣੇਵਾ ਜਿਹੜਾ ਵਾ ਉਹ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲਾ ਵਾ, ਹਾਂਜੀ ਚੰਡਿਆਲਾ ਹਲਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਹਾਂਜੀ ਉਹਨਾਂ ਦੀ ਕੀ ਰੰਜਿਸ਼ ਸੀ ਉਹਨਾਂ ਦੇ ਨਾਲ ਜਿਹੜੀ ਗੋਲੀ ਮਾਰੀ ਹੈ? ਵੇਖੋ ਜੀ, ਰੰਜਿਸ਼ ਸਾਡੇ ਹਿਸਾਬ ਨਾਲ ਤਾਂ ਰੰਜਿਸ਼ ਕੋਈ ਨਹੀਂ, ਸਾਨੂੰ ਨਾ ਕੇ ਗੱਲ ਤਾਂ ਪਤਾ ਹੀ ਆ। ਸਿਰਫ ਉਹਨੇ ਅੱਜ ਕੱਲ੍ਹ ਨੂੰ ਉਹਨੇ ਡਿਊਟੀ ਚੱਲ ਜਾਣਾ, ਫੌਜ ਦਾ ਨੌਕਰੀ ਕਰਦਾ ਸੀ, ਕੱਲ੍ਹ ਉਹ ਆਇਆ ਵਾ ਅਤੇ ਰਾਤ ਦੇ 9:30 ਵਜੇ ਗੱਲ ਬਣ ਗਈ ਆ। ਕੀ ਨਾਮ ਸੀ ਤੁਹਾਡੇ ਭਣੇਵੇਂ ਦਾ? ਉਹਨਾਂ ਦਾ ਨਾਮ ਜੋਧ ਆਪਣਾ ਗੁਰਸੇਵਕ ਸਿੰਘ, ਇੱਕ ਨਾ ਜੋਧਵੀਰ ਇੱਕ ਨਾ ਗੁਰਸੇਵਕ ਸਿੰਘ। ਠੀਕ ਹੈ ਜੀ, ਹਾਂਜੀ। ਤਾਂ ਹੁਣ ਤੱਕ ਕਿੱਥੋਂ ਤੱਕ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਦੀ ਪਹੁੰਚੀ ਆ? ਕਾਰਵਾਈ ਜੀ ਉਹਨਾਂ ਨੇ ਜਿਹੜੀ ਆ ਐੱਫ ਆਰ ਆਈ ਕੱਟ ਲੌਂਚ ਕਰ ਦਿੱਤੀ ਆ 5 ਜਾਣਿਆਂ 'ਤੇ, ਪੰਜਾਂ ਜਾਣਿਆਂ 'ਤੇ ਉਹਨਾਂ ਐੱਫ ਆਰ ਆਈ ਦੇ ਤੀ ਆ। ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਜੇ ਤੱਕ? ਨਹੀਂ, ਗ੍ਰਿਫਤਾਰ ਇਸ ਤਰ੍ਹਾਂ ਵਾ ਜੀ, ਜਿਹੜਾ ਪ੍ਰਾਹੁਣਾ ਵਾ ਉਹ ਨਾਲ ਸੀ ਅਤੇ ਜਦੋਂ ਉਹਦੇ ਬਿਆਨ ਲਏ ਆ ਉਹਦੇ ਬਿਆਨ ਦੇ ਵਿੱਚ ਹੀ ਪੁਲਿਸ ਨੇ ਉਲਝਾ ਲਿਆ ਵਾ ਅਤੇ ਉਹੋ ਹੀ ਬੈਠਾ ਵਾ, ਬਾਕੀ 4 ਨਹੀਂ ਹੈਗੀ। ਹੁਣ ਤੁਹਾਡਾ ਪ੍ਰਾਹੁਣਾ ਜਿਹੜਾ ਵਾ ਉਹ ਅੰਦਰ ਵਾ ਲਾਟ ਦੇ ਵਿੱਚ ਆ ਜੀ। ਇਹਦੇ ਵਿੱਚ ਅਸੀਂ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਵਿੱਚ ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਿਆ। ਉਸ ਤੋਂ ਬਾਅਦ ਜਿਹੜੇ ਹਾਲਾਤ ਸਾਡੇ ਸਾਹਮਣੇ ਆ ਉਹਦੇ ਵਿੱਚ ਅਸੀਂ ਐੱਫ ਆਈ ਆਰ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਹੁਤ ਹੀ ਜਲਦ ਜਿਹੜੇ ਇਹਦੇ ਦੋਸ਼ੀ ਨੇ ਉਹ ਸਾਰੇ ਗ੍ਰਿਫਤਾਰ ਕਰ ਲਏ ਜਾਣਗੇ। ਔਰ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਕਿ ਇਹ ਜਿਹੜਾ ਕਤਲ ਹੋਇਆ ਆ ਇਸ ਕਤਲ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਬਹੁਤ ਜਲਦ ਗ੍ਰਿਫਤਾਰ ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਆ ਉਹ ਸਲਾਖਾਂ ਦੇ ਪਿੱਛੇ ਭੇਜਾਂਗੇ। ਦੱਸਿਆ ਜਾ ਰਿਹਾ ਜੀ ਲੁੱਟ ਖੋਹ ਦੇ ਚੱਕਰਾਂ ਦੇ ਵਿੱਚ ਜਿਹੜਾ ਕਤਲ ਹੋਇਆ? ਦੇਖੋ ਅਜੇ ਕੋਈ ਵੀ ਟਿੱਪਣੀ ਨਹੀਂ ਮੈਂ ਕਰ ਸਕਦਾ ਇਹੋ ਜੀ, ਕਿਉਂਕਿ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜਾ ਮ੍ਰਿਤਕ ਗੁਰਸੇਵਕ ਸਿੰਘ ਸੀਗਾ ਇਹ ਆਪਣੇ ਸਾਲੇ ਦੇ ਨਾਲ ਬਾਹਰ ਆਇਆ ਸੀਗਾ ਔਰ ਜਿੱਥੇ ਕਿ ਇਹ ਵਾਰਦਾਤ ਹੋਈ ਹੈ, ਸੋ ਇਹਦੇ ਬਾਰੇ ਅਜੇ ਹੋਰ ਬਾਕੀ ਅਜੇ ਕੁਛ ਤੁਹਾਨੂੰ ਮੈਂ ਜ਼ਿਆਦਾ ਇਹਦੇ ਬਾਰੇ ਨਹੀਂ ਕਹਿ ਸਕਦਾ, ਬਟ ਬਹੁਤ ਹੀ ਜਲਦ ਜਿਹੜੀ ਹੈ ਇਹਦੀਆਂ ਸਾਰੀਆਂ ਚੀਜ਼ਾਂ ਦੇ ਸਾਰੀ ਇਨਵੈਸਟੀਗੇਸ਼ਨ ਦਾ ਜਿਹੜਾ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਖੁਲਾਸਾ ਕਰਾਂਗੇ ਔਰ ਬਹੁਤ ਜਲਦ ਤੁਹਾਨੂੰ ਜਿਹੜਾ ਵਾ ਉਹ ਸਾਰੇ ਦੋਸ਼ੀਆਂ ਦੇ ਨਾਮ ਵੀ ਬਹੁਤ ਜਲਦੀ ਦਿੱਤੇ ਜਾਣਗੇ। ਇਹਦੇ ਵਿੱਚ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਰਿਕੁਐਸਟ ਕੀਤੀ ਹੈ ਕਿ ਸਾਡੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ, ਅਜੇ ਅਸੀਂ ਕੁਛ ਵੀ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਅਗਰ ਅਸੀਂ ਕੋਈ ਵੀ ਚੀਜ਼ ਇੱਦਾਂ ਰਿਵੀਲ ਕਰਾਂਗੇ ਤਾਂ ਉਹਦਾ ਜਿਹੜਾ ਅਸਰ ਆ ਉਹ ਸਾਡੀ ਇਨਵੈਸਟੀਗੇਸ਼ਨ 'ਤੇ ਪੈ ਸਕਦਾ, ਜਿਹਦਾ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ, ਬਟ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਬਹੁਤ ਜਲਦੀ ਦੱਸਾਂਗੇ।